ਜਿਹੜਾ ਨਾ ਗੰਦੀ ਗੰਨ ਫੜੀ ਏ ਤੇ ਉਹ ਵੀ ਜਿਹੜਾ ਨਾ ਮੋਲੀਆਂ ਤੇ ਮੋਲੀਆਂ ਸੁੱਟਦਾ ਪਿਆ ਤੇ ਇੱਥੇ ਵੇਖੋ ਕੀ ਭਾਈ ਜਿਹੜਾ ਕਰਦਾ ਨਾ ਉਹਦੇ ਨਾਲ ਦਾ ਜਿਹੜਾ ਨਾ ਬਹੁਤ ਟੋਪੀ ਮੁੰਡਾ ਖੇਲਦਾ ਪਿਆ ਜਿਹੜਾ ਨਾ ਕੀ ਨਾਂ ਹੈ ਉਹਦਾ ਮਲਕ ਹੋਰੇ ਨਾਂ ਹੋਇਆ ਹੈ ਵੇਖੋ ਇਹ ਬੰਦਾ ਹੈ ਜਿਹੜਾ ਨਾ ਇਸ ਟਾਈਮ ਖੇਲਦਾ ਪਿਆ ਗਰੋਜ਼ਾ ਹੈ ਭਾਈ ਨੇ ਫੜੀ ਹੈ ਤੇ ਗਰੋਜ਼ਾ ਜਿਹੜੀ ਹੈ ਨਾ ਬੜੀ ਗੰਦੀ ਗੰਨ ਹੈ ਉਹਨੇ ਵੇਖੋ ਗਰੋਜ਼ਾ ਫੜ ਕੇ ਜਿਹੜਾ ਨਾ ਉੱਥੇ ਪੁਸ਼ ਕਰਦਾ ਆਪ ਕੇ ਜਾ ਰਿਹਾ ਹੈ ਉਹਨੇ ਥੋੜ੍ਹਾ ਜਿਹਾ ਉਹਨੂੰ ਡੈਮੇਜ ਦਿੱਤਾ ਹੈ ਉਹਨੇ ਥੋੜ੍ਹਾ ਜਿਹਾ ਉਹਨੂੰ ਡੈਮੇਜ ਦਿੱਤਾ ਹੈ ਉਹ ਲੈ ਗਏ ਓਏ ਹੋਏ ਟਾਪ ਤੇ ਜਾ ਰਿਹਾ ਸੀ ਉਹਨੂੰ ਲੈ ਗਿਆ ਜੇ ਬਾਬਾ ਜੀ ਇੱਥੇ ਵੇਖੋ ਚਾਰ ਬੰਦੇ ਸਿਰਫ ਰਹਿ ਗਏ ਨੇ ਵੇਖੋ ਕਿਹੜਾ ਬੰਦਾ ਅੱਜ ਚਿਕਨ ਡਿਨਰ ਕਰਕੇ ਇਨਾਮ ਦਾ ਜਿਹੜਾ ਨਾ ਹੱਕਦਾਰ ਹੁੰਦਾ ਹੁਣ ਮਾਸਟਰ ਅਹਿਮਦ ਜਿਹੜਾ ਭਾਈ ਹੈ ਨਾ ਉਹ ਇਸ ਟਾਈਮ ਟਾਪ ਤੇ ਜਾ ਰਿਹਾ ਤੇ ਇਹ ਸਮੋਕਾਂ ਕਰਕੇ ਜਿਹੜਾ ਬੰਦਾ ਹੈ ਨਾ ਅੱਗੇ ਆ ਰਿਹਾ ਹੈ ਠੀਕ ਹੈ ਤੇ ਅੰਨੇ ਓਪਨ ਵਿੱਚ ਮੇਰੇ ਹਿਸਾਬ ਨਾਲ ਮਾਰਿਆ ਜਾਣਾ ਕਿਉਂਕਿ ਮਾਸਟਰ ਅਹਿਮਦ ਭਾਈ ਨੇ ਇਹਨੂੰ ਦੇਖ ਲਏ ਹੈ ਤੇ ਬਿਲਕੁਲ ਛੋਟਾ ਜਿਹਾ ਸਰਕਲ ਹੈ ਬਾਬਾ ਜੀ ਇੰਜ ਬੰਦੇ ਜਿਹੜੇ ਇਸਤਾਨਾ ਵਾਲੇ ਭਾਈ ਨੂੰ ਜਿਹਨੇ ਹੁਣ ਦੇ ਜਿਹੜਾ ਨਾ ਬੰਦਾ ਮਾਰਿਆ ਇੱਥੇ ਇਹਨੇ ਬਾਬਾ ਜੀ ਗੰਨ ਫੜੀ ਹੈ ਬੜੀ ਡੇਂਜਰਸ ਓਏ ਹੋਏ 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 ਅੱਜ ਕੱਲ੍ਹ ਉੱਡਣ ਵਾਲੀ ਲੱਗ ਜਾ ਤੇ ਕੰਮ ਬੜਾ ਖਰਾਬ ਹੈ ਓਏ ਹੋਏ ਉਹੀ ਗੱਲ ਹੋਈ ਨਾ ਪਲੇ ਜ਼ੋਨ ਦੇ ਨਾਲ ਉੱਡ ਗਿਆ ਡੈਮੇਜ ਉਹਨੂੰ ਦੇ ਦਿੱਤਾ ਗਿਆ ਸੀ ਤੇ ਇੱਥੇ ਮਾਸਟਰ ਅਹਿਮਦ ਭਾਈ ਵੱਲ ਚੱਲਨੇ ਆ ਤੇ 1v1 ਦੀ ਫਾਈਟ 'ਚ ਉਹਨੂੰ ਵੀ ਲੈ ਗਿਆ ਇੱਕ ਬੰਦਾ ਨਾਕ ਪਏ ਆਵੇ ਉਹਨੂੰ ਵੀ ਉਹ ਕਿਲ ਕਰੇਗਾ ਤੇ ਬਾਕੀ ਇੱਥੇ ਆਹਮਣੇ ਸਾਹਮਣੇ ਦੀ ਹੁਣ ਫਾਈਟ ਹੈ ਠੀਕ ਹੈ ਇੱਧਰ ਇਹ ਵੇਖੋ ਨਾ ਨਾਕ ਪਏ ਹੈ ਤੇ ਇੱਥੇ ਵੇਖੋ ਵੱਜਦਾ ਕਿ ਭਾਈ ਮੋਂਡੇ ਆ ਲੇਕਿਨ ਉਹਨੇ ਮਾਰ ਦਿੱਤਾ ਊਂ ਜੀ ਗੈਂਗਸਟਰ ਭਾਈ ਦੀ ਫਾਈਟ ਹੈ ਤੇ ਮਾਸਟਰ ਅਹਿਮਦ ਭਾਈ ਦੀ ਫਾਈਟ ਹੈ ਇਸ ਟਾਈਮ 8 ਨੇ ਕਿਲ ਕੀਤੇ ਨੇ ਦੂਸਰੇ ਭਾਈ ਨੇ 1 ਕਿਲ ਕੀਤੇ ਅਗਰ 1 ਕਿਲ ਵਾਲਾ ਵੀ ਵਿਨ ਕਰ ਜੇਗਾ ਨਾ ਤੇ ਉਹਨੂੰ ਵੀ ਇਨਾਮ ਮਿਲ ਜਾਏਗਾ 2 ਕਿਲ ਥੋੜੀ ਕੀਤੀ ਤੇ ਮਾਸਟਰ ਅਹਿਮਦ ਓਏ ਹੋਏ ਹੋਏ ਵਾਕਈ ਇਹ ਬੰਦੇ ਨੇ ਬੜੀ ਅੰਨੀ ਪਾਈ ਸੀ ਤੇ ਚਿਕਨ ਡਿਨਰ ਕਰਕੇ 300 ਰੁਪਏ ਦਾ ਨਾਮ ਦਾ ਹੱਕਦਾਰ ਹੋ ਗਿਆ ਬਾਬਾ ਜੀ ਅੱਜ ਤੁਸੀਂ ਵੀ ਅਗਰ ਖੇਲਣਾ ਚਾਹੁੰਦੇ ਹੋ ਰੋਜ਼ਾਨਾ ਲਾਈਵ ਕਸਟਮ ਹੁਣ ਕਰਵਾਉਣਾ AMF 22 ਗੇਮਿੰਗ ਲਾਈਵ 'ਤੇ ਆ ਜਾਇਆ ਕਰੋ ਬਾਕੀ ਮਾਸਟਰ